ਭਾਈ ਗੁੜੀਆ ਕਿੱਥੇ ਗਈ ਹੈ? ਬਾਪੂ ਇੱਥੇ ਗਈ ਹੋਣੀ ਆ ਪਿੰਡ 'ਚ। ਪੁੱਤ ਪਿੰਡ 'ਚ ਤਾਂ ਗਈ ਹੈ ਜਦੋਂ ਜਾਂਦੀ ਹੁੰਦੀ ਹੈ ਨਾ, ਜਾਂ ਤਾਂ ਪੁੱਛ ਲਿਆ ਕਰ ਜਾਂ ਮਾੜਾ ਮੋਟਾ ਖਿਆਲ ਰੱਖਿਆ ਕਰ। ਪੁੱਤ ਤੂੰ ਵੱਡੀ ਆ ਉਹ ਤੋਂ। ਬਾਪੂ ਮੈਨੂੰ ਕਿੱਥੇ ਦੱਸਦੀ ਆ? ਫਿਰ ਵੀ ਪੁੱਤ ਤੇਰਾ ਫਰਜ਼ ਤਾਂ ਬਣਦਾ ਨਾ, ਜੇ ਉਹ ਨਹੀਂ ਦੱਸਦੀ ਤੂੰ ਆਪ ਬੁਲਾ ਕੇ ਪੁੱਛ ਲਿਆ ਕਰ ਉਹਨੂੰ। ਚੱਲ ਠੀਕ ਆ ਬਾਪੂ। ਹਾਂ ਧਿਆਨ ਰੱਖਿਆ ਕਰ ਮੇਰਾ ਪੁੱਤ, ਕਿਉਂ ਟਾਈਮ ਮਾੜਾ ਅੱਜ ਕੱਲ੍ਹ, ਫਿਰ ਆਪਾਂ ਨੂੰ ਦੋਸ਼ ਦੇਣਗੇ ਲੋਕ ਵੀ ਤੂੰ ਤੁਸੀਂ ਤਾਂ ਪੁੱਛ ਲੈਂਦੇ ਤੁਸੀਂ ਵੱਡੇ ਸੀ ਉਹ ਤੋਂ। ਬਾਪੂ ਮੈਨੂੰ ਦੱਸ ਕੇ ਨਹੀਂ ਗਈ ਨਾ। ਚੱਲ ਪੁੱਤਰਾ ਜਦੋਂ ਆਈ ਨਾ ਉਦੋਂ ਉਹਨੂੰ ਖੜਾ ਕੇ ਪੁੱਛੀ, ਜੇ ਤੈਨੂੰ ਨਾ ਦੱਸੋ ਤਾਂ ਫਿਰ ਮੈਂ ਪੁੱਛੂ ਉਹਨੂੰ ਵੀ ਕੀ ਗੱਲ ਹੈ। ਠੀਕ ਹੈ ਠੀਕ ਹੈ ਠੀਕ। ਹਾਂ ਜਾ ਮੇਰਾ ਪੁੱਤ ਘਰ ਕੰਮ ਪੂਰੀ। ਮਾੜਾ ਮੋਟਾ ਦੱਸ ਕੇ ਨਹੀਂ ਜਾਂਦੇ ਜਵਾਕ ਚੱਲੇ ਵੀ ਮਾੜਾ ਦੱਸ ਜਾਣਾ, ਮਾਂ ਬਾਪ ਨੂੰ ਤਾਂ ਦੱਸ ਜਾਣਾ, ਚੁੱਪ ਕਰਕੇ ਤੁਰ ਜਾਂਦੇ ਨੇ ਜਿੱਧਰ ਮੂੰਹ ਹੁੰਦਾ। ਮਾਂ ਬਾਪ ਕੀ ਕਰੂਗਾ, ਕੀ ਸਮਝਾ ਕੇ ਕਰੂਗਾ, ਗੱਲ ਹੀ ਨਹੀਂ ਸੁਣਦੇ ਅੱਜ ਕੱਲ੍ਹ ਦੇ ਜਵਾਕ। ਦੀਪ ਉਰੇ ਆ ਪੁੱਤ, ਬੈਠ ਮੰਦੀ ਤੇ। ਆ ਪੁੱਤ ਕਿੱਥੇ ਗਈ ਸੀ ਸੰਦੀਪ ਤੂੰ? ਬਾਪੂ ਮੈਂ ਤਾਂ ਰਮਨ ਕੇ ਘਰੇ ਗਈ ਸੀ, ਉਹਦੇ ਵਿਆਹ 'ਚ ਥੋੜ੍ਹੇ ਜਿਹੇ ਦਿਨ ਰਹਿੰਦੇ ਹੈਗੇ। ਠੀਕ ਹੈ, ਉਹ ਪੁੱਤ ਵਿਆਹ 'ਚੋਂ ਤਾਂ ਤੇਰਾ ਵੀ ਵਿਆਹ ਹੁਣ ਕਰਨ ਵਾਲਾ, ਤੂੰ ਕਿਹੜਾ ਨਿਆਣੀ ਹੈ, ਮਾੜਾ ਮੋਟਾ ਤੂੰ ਦੱਸ ਕੇ ਜਾਇਆ ਕਰ, ਤੇਰੀ ਭਰਜਾਈ ਨੂੰ ਦੱਸ ਜਾਂਦੀ। ਲੈ ਬਾਪੂ ਤੂੰ ਤਾਂ ਘਰੇ ਹੈ ਨਹੀਂ ਸੀ, ਦੱਸਣਾ ਕਿਹਨੂੰ ਸੀ? ਮੈਂ ਤਾਂ ਪਹਿਲੇ ਹੀ ਕਹਿਣਾ ਪੁੱਤ ਜੀ ਮੈਂ ਘਰੇ ਨਹੀਂ ਸੀ, ਤੂੰ ਉਹਨੂੰ ਦੱਸ ਜਾਂਦੀ ਵੀ ਮੈਂ ਕਿ ਕੰਮ ਜਾ ਕੇ ਆਉਣੀ ਆ ਜਾਂ ਫਲਾਣਾ ਜੇ ਘਰੇ ਜਾ ਕੇ ਆਉਣੀ ਹੈ। ਬਾਪੂ ਉਹਨੂੰ ਮੈਂ ਦੱਸ ਕੇ ਗਈ ਸੀ। ਫਿਰ ਇਹ ਕੀ ਹੋਇਆ, ਮੈਂ ਉਹਨੂੰ ਪੁੱਛਿਆ ਉਹ ਕਹਿੰਦੀ ਮੈਨੂੰ ਦੱਸ ਕੇ ਨਹੀਂ ਗਈ। ਮੈਂ ਉਹਨੂੰ ਦੱਸ ਕੇ ਗਈ ਸੀ, ਉਹਨੇ ਸੁਣਿਆ ਨਹੀਂ ਹੋਣਾ ਧਿਆਨ ਨਾਲ। ਪੁੱਤ ਜੇ ਸੁਣਿਆ ਨਾ ਹੋਵੇ ਦੁਬਾਰੇ ਦੱਸ ਦਿਆ ਕਰ ਮਾੜਾ ਮੋਟਾ। ਚੱਲ ਕੋਈ ਨਾ ਬਾਪੂ, ਅੱਗੇ ਤੋਂ ਮੈਂ ਦੱਸ ਕੇ ਵਗ ਜਾਇਆ ਕਰੂੰ। ਹਾਂ ਪੁੱਤ ਫਿਰ ਸਾਨੂੰ ਫਿਕਰ ਰਹਿੰਦਾ ਪਿੱਛੋਂ। ਨਾ ਤੂੰ ਸਾਰਾ ਦਿਨ ਕੰਨ ਭਰੀ ਜਾਇਆ ਕਰ ਬਾਪੂ ਦੇ। ਮੈਂ ਕੀ ਕਹਿਤਾ ਬਾਪੂ ਨੂੰ? ਨਾ ਤੂੰ ਉਹਨੂੰ ਕਹਿ ਨਹੀਂ ਸਕਦੀ ਸੀ ਮੈਨੂੰ ਦੱਸ ਕੇ ਗਈ ਆ ਉਹ। ਤੂੰ ਮੈਨੂੰ ਕੋਲ ਦੱਸ ਕੇ ਗਈ ਆ? ਦੱਸ ਕੇ ਤਾਂ ਗਈ ਸੀ ਤੈਨੂੰ, ਜਦ ਤੈਨੂੰ ਸੁਣਿਆ ਨਹੀਂ ਹੈਗਾ। ਚੱਲ ਜਾਂਦੀ ਹੁੰਦੀ ਆ, ਜਾਂ ਤਾਂ ਦੱਸ ਕੇ ਜਾਇਆ ਕਰ। ਆਹੋ ਦੱਸ ਕੇ ਜਾਂਦੀ ਹੁੰਦੀ ਆ ਤੈਨੂੰ, ਤੂੰ ਬਾਹਲੀ ਸਿਆਣੀ ਨਾ ਬਣਿਆ ਕਰ, ਜਾਂ ਆਪਦਾ ਕੰਮ ਕਰ ਲੈ, ਬਾਹਲੀ ਅਡਵਾਈਜ਼ ਹੀ ਨਾ ਕਰ ਮੇਰੇ ਨਾਲ। ਚੱਲ ਕਰੋ ਆਪਦੀਆਂ ਮਨ ਮਰਜ਼ੀਆਂ। ਰਮਨ ਪਾਣੀ ਲੈ ਕੇ ਆਈ? ਕੀ ਗੱਲ, ਮੂੰਹ ਐ ਜਗ੍ਹਾ ਤੂੰ ਕੀਤਾ? ਕੀ ਦੱਸਾਂ, ਤੇਰੀ ਭੈਣ ਹੁਣ ਨਿਆਣੀ ਨਹੀਂ ਰਹੀ, ਬਿਨਾਂ ਦੱਸੇ ਪੁੱਛੇ ਬਾਹਰ ਵਗ ਜਾਂਦੀ ਆ। ਉਹ ਬਾਹਰ ਫੇਰ ਕੀ ਗੱਲ ਆ, ਗਵਾਂਢੀਆਂ ਦੀ ਜਾਂਦੀ ਆ ਜਾਂ ਆਪਣੀਆਂ ਸਹੇਲੀਆਂ ਕੋਲੇ ਵਗ ਜਾਂਦੀ, ਹੋਰ ਉਹਨੇ ਕਿੱਥੇ ਜਾਣਾ? ਇੰਨੀ ਕੁ ਤਾਂ ਸਮਝਦਾ ਰਹਿ ਗਈ ਆ ਉਹ, ਹੋਰ ਕਿੱਥੇ ਜਾਂਦੀ ਆ ਪਿੰਡ 'ਚ ਉਹ? ਤੈਨੂੰ ਕੀ ਪਤਾ ਬਾਹਰ ਕਿੰਨਾ ਮਾਹੌਲ ਖਰਾਬ ਆ, ਐਵੇਂ ਜਾਣਾ ਠੀਕ ਨਹੀਂ ਆ ਉਹਦਾ। ਓਹੋ ਮਾਹੌਲ ਤਾਂ ਮੈਨੂੰ ਹੀ ਪਤਾ ਵੀ ਕਿੰਨਾ ਖਰਾਬ ਆ, ਫਿਰ ਤੂੰ ਵੱਡੀ ਹੈ, ਤੂੰ ਉਹਨੂੰ ਮਾੜਾ ਮੋਟਾ ਸਮਝਾਇਆ ਕਰ, ਤੇਰਾ ਹੱਕ ਬਣਦਾ ਹੈ ਸਮਝਾਉਣ ਦਾ, ਉਹਨੂੰ ਸਮਝਾ ਸਕਦੀ ਹੈ ਉਹਨੂੰ ਵੀ ਕਿੱਥੇ ਜਾਂਦੇ ਕਿੱਥੇ ਨਾ, ਤੂੰ ਪੁੱਛ ਲਿਆ ਕਰ ਉਹਨੂੰ। ਆਹੋ ਧਿਆਨ ਰੱਖਿਆ ਕਰੋ ਮੇਰਾ, ਜਿੰਦਾ ਲਾ ਦਿਓ ਨਾ ਮੈਨੂੰ ਅੰਦਰ, ਮੈਨੂੰ ਘਰੋਂ ਜਾਣਾ ਵੀ ਮਨਾ ਕਰ ਦਿੰਦੇ ਹੋ ਤੁਸੀਂ, ਮੈਂ ਤਾਂ ਸਹੇਲਾਂ ਦੇ ਘਰੇ ਜਾਂਦੀ ਹਾਂ, ਕਿਤੇ ਕਿਵੇਂ ਹੋਰ ਜਾਂਦੀ ਹੈਗੀ। ਉਹ ਚੱਲ ਕੋਈ ਨਾ ਭੈਣੇ, ਫਿਰ ਕੀ ਆ, ਤੇਰੀ ਭਰਜਾਈ ਹੈ ਜਿਹਨੇ ਕਹਿ ਤਾ ਕੁਛ, ਇਹਨੇ ਤਾਂ ਮੇਰਾ ਜਿਉਣਾ ਦੁੱਬਰ ਕਰ ਰੱਖਿਆ, ਜੇ ਮੇਰੀ ਮਾਂ ਹੁੰਦੀ ਅੱਜ ਉਹ ਮੈਨੂੰ ਆਹ ਗੱਲਾਂ ਕਹਾਉਂਦੀ ਤੁਹਾਡੇ ਤੋਂ। ਉਹ ਚੱਲ ਕੋਈ ਗੱਲ ਨਹੀਂ ਭੈਣੇ, ਐਂ ਗੁੱਸਾ ਨਹੀਂ ਕਰਦੇ, ਤੇਰੀ ਭਰਜਾਈ ਹੈ ਤੂੰ ਵੱਡੇ, ਤੈਨੂੰ ਸਮਝਾਉਣ ਦਾ ਹੱਕ ਬਣਦਾ ਇਹਦਾ, ਜੇ ਮਾੜੀ ਜਿਹੀ ਗੱਲ ਕਹਿਤੀ ਤੂੰ ਵੀ ਮੂੰਹ ਐਂ ਕਰ ਲੈ। ਹਲੇ ਤਾਂ ਮੈਂ ਕੁਛ ਕਿਹਾ ਵੀ ਨਹੀਂ ਹੈਗਾ। ਉਹੀ ਜਵਾਬੜੀ ਰਵਾ ਕੇ ਧਰਤੀ, ਮੂੰਹ ਦੇਖ ਉਹਨੇ ਕਿਵੇਂ ਕਰ ਲਿਆ ਸੀ, ਐਂ ਨਹੀਂ ਕਰਦੇ ਹੁੰਦੇ। ਚੋਰੀ ਆਪਣੀਆਂ ਗੱਲਾਂ ਸੁਣੀ ਜਾਂਦੀ ਸੀ। ਉਹ ਚੱਲ ਕੋਈ ਨਾ, ਫਿਰ ਕੀ ਆ, ਉਹਨੂੰ ਐਸੀ ਮੇਰੀਆਂ ਗੱਲਾਂ ਕਰਦੇ ਨੇ ਸੁਣਨ ਲੱਗ ਗਈ ਵੀ ਕੀ ਕਰਦੇ ਹੋਣਗੇ। ਚੱਲ ਤੂੰ ਐਂ ਕਰ, ਹੁਣ ਮੈਂ ਥੱਕਿਆ ਆਇਆ, ਰੋਟੀ ਬਣਾ ਲਾ, ਫਿਰ ਕੱਲ੍ਹ ਨੂੰ ਫਿਰ ਮੋਟਰ ਛੱਡਣੀ ਹੈਗੀ। ਰਮਣ ਪੁੱਤ, ਰਮਣ ਪੁੱਤ ਐਂ ਕਰ, ਖੇਤੋਂ ਸਬਜ਼ੀ ਲਿਆਉਂਦੇ ਉਸ ਸੰਦੀਪ ਨੂੰ ਲੈ ਜਾ ਨਾਲ, ਅਤੇ ਮੈਂ ਇੰਨੇ ਕੰਮ ਕੁੰਮ ਕਰ ਰਹਿੰਦਾ ਕੋਈ ਖੇਤ ਦਾ, ਅਤੇ ਨਾਲੇ ਸੰਨੀ ਸੁੰਨੀ ਪਾਰਨਾ ਮੈਂ, ਸਾਨੂੰ ਤੁਸੀਂ ਸਬਜ਼ੀ ਤੋੜ ਲਿਓ, ਅਤੇ ਆ ਪੁੱਤ ਟਾਈਮ ਨਾਲ ਜਾਇਓ ਚੰਗਾ।
संदीप पता नहीं वह मुंडा कौन आ कदों का देखी जाता इधर ले मैनू की पता भाभी कौन आ मैं नहीं कहती मैं क्या चंगा नहीं लगता पिंड च एवं किसी ने गल बना देनी आ तेनू चंगा लगता कौन आ सौ अगले रिश्तेदार आते जाते पिंड के कम धंधे आते रहते है लोग तू उधर ना ध्यान दे चल तू आप तोड़ते हैं फिर घर चलेंगे बथेरा टाइम हो गया हूँ खेत आया चल भाभी चलीए हूँ रावण मूहरे निकल जा होर संदीप पिछे झक के वाहे जी कर खेत कोई मुंडा आया मैनू की पता लिया कौन है सौ लोग काम धंधे जाते आगे की पता किसी के खेत कोई रिश्तेदार आया हो कहनी मैनू पुछन लग गई लिया संदीप कौन है मैं भला नहीं किसी की जानती है पुत्तो तेरी गल तो ठीक है तेरी बड़ी भरजाई है जो कोई गलबात यह जी हक है पुछण का तेन फिर पुछण का बापू हक उ बिना गल तू मेरे शक करी जाऊगी नहीं पुत इन्ना गुस्सा ना करया करो देखो तुम रहना करें रल मिल के जी कोई गलबात हो जाए रीस नहीं होंगी पुत रहना तो है फिर तू कही तो सदा भी बिना गल तो कह तो कुड़ी कुछ बोलती हूँ उ बोली जाऊगी सारा दिन मैं रोकती टोकती रही है ना इधर उधर देखने देवे जो पुत तुम गए हो ना मैं ही कहता से माड़ा जहा महा पुत ध्यान ना जाए कोई नहीं गुस्सा ना करया कर तू मेरा शेर काले हो रहे आ पुत आ गया आया गल सुना अगे बैठ के किधर जाया तू मैं तो आपू बंदे पुछन गया सी अच्छा। मीह जहा पै जाए झोना लाने लग जाए खिच वाली हुई पी है बंदे की तो बंदे पुछे हम मिल गए तो हूँ आप लाने लग जाएंगे बस थोड़े दिनों तक पुत तो तेरी गल ठीक है घर का भी थोड़ा बहुत तू ध्यान रखा कर किमें घर की हो गया आपू वो ना खेतों सब्जी लैन गई सी तो मैं कुड़ी आज कहती कि मेरे न लड़ती है नन भरजाई लड़दी रिंधिया ने अच्छा फिर मैनू तो की पता होना मैं खेत फिरता रहना सारा दिन वो भरजाई तो वो अंदर बग गई तो कुड़ी मेरे को बैठ के शिकायत लाइन कहती बापू मेरे से बद तो बद शक करती रही है चल कोई ना बापू मैं समझाऊंगा फिर ऐवे आप समय घर कलेश चंगा नहीं होंगे वो पुत मैं तो कुछ कह नहीं सकता है हाँ हाँ तू नाले तेरे घर वाली तो नाले कुड़ी बिठा के पुछ के गल समझा उन्होंने चल कोई ना बापू मैं समझाऊना कुड़ी हाँ चलो ठीक है अज हूँ जी माँ होंगी तो मैं ये गल कहू देखन पैदा आपे समझा चलो बड़ा भाई आपे समझाऊगा माड़ा मोटा इन होर की है रामना हाँ जी उठ खड़ी हो गल सुन मेरी हाँ जी तू ना कुड़ी बड़ा कुछ ना आखेगा ना ये लड़ाया कर जो कोई होर गलबात हैगी जो कोई गलत स्टैप चाहिए तो तू मैं दस दे नहीं जी यह जी तो कोई गल नहीं हैगी चल जो कोई यह जी गल होंगी तो मैं दस दी जाऊंगा पर तू आप ना कुछ कह करना वो लड़ाया कर एवं वादू कोई घट कोई गल ना करो वह गुस्सा कर जाती है एवं साल दो साल आप कुड़ी का ब्याह कर देंगे कलेस ना करा करो रोज हूँ मैं बापू कहते क्या लड़दियाँ रहनिया ये कहता खेत गई जी उ लड़दियाँ आईया दो जने तुम जरा क्या तो कर दें चलो कोई गल नहीं जी मैं कुछ नहीं कहती चल चाह बना लिया फिर ठीक गल तो गौर करी मेरी हूँ देखते हैं खेत आवे ਲੈ ਦੇਖੀ ਜੇ ਹੁਣ ਮੈਂ ਕਾਲੇ ਨੂੰ ਦੱਸਦੀ ਹਾਂ ਵੀ ਇਹ ਫੋਨ 'ਤੇ ਗੱਲ ਕਰਦੀ ਆ ਤਾਂ ਲੜਾਈ ਹੋ ਵਾਧਾ ਵਧੂਗਾ ਚੱਲ ਬਾਪੂ ਨੂੰ ਹੀ ਦੱਸ ਦਿੰਦੀ ਹਾਂ ਦੱਸਣਾ ਤਾਂ ਪੈਣਾ ਹੀ ਆ ਹੁਣ ਘਰੇ ਐਡੀ ਵੱਡੀ ਗੱਲ ਹੋ ਗਈ ਜੀ ਬਾਪੂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਆ ਭਾਈ ਕੋਈ ਚੰਗੀ ਜੀ ਗੱਲ ਦੱਸੀ ਤੂੰ ਗੱਲ ਹੀ ਐਡੀ ਵੱਡੀ ਆ ਬਾਪੂ ਆਪਣੀ ਸੰਦੀਪ ਕਿਸੇ ਨਾਲ ਫੋਨ 'ਤੇ ਗੱਲਾਂ ਕਰੀ ਜਾਂਦੀ ਸੀ ਅੱਛਾ ਕੋਈ ਨਹੀਂ ਭਾਈ ਫਿਰ ਆਪਾਂ ਸਮਝਾਉਂਦੇ ਆ ਉਹਨੂੰ ते जे काले नूं दस दियां तां लड़ाई होगी ते ना उहने मेरियां गल्लां ते यकीन करना चलो कोई गल नहीं मैं बुला के फिर करदा गल संदीप नाल मैं तां तुहानूं तां दस्सिया कि तुसीं समझा लो इक वारी कोई नहीं पुत मैं समझाऊंगा शाबाश है तेरी तू मैनूं दस्सता ते काले नूं बुला के इहनूं मैं संदीप नूं बुला के गल करना काले नूं तां बाद च गल करूंगा ठीक है बाबा हां तू जा मैं बुलाउणा उहनूं संदीप उरे आ पुत बह जा
ਉਹਨੇ ਤੇਰਾ ਫੋਨ ਦੇ ਮਾੜਾ ਜਿਹਾ ਨੰਬਰ ਲਾਉਣਾ ਕਿਸੇ ਨੂੰ ਫੋਨ ਹਾਂ ਨੰਬਰ ਲਾਉਣਾ ਕੁੜੇ ਮੇਰਾ ਮੋਬਾਈਲ ਤਾਂ ਅੰਦਰ ਪਿਆ ਹੈਲੋ ਹਾਂਜੀ ਕੌਣ ਜੀ ਅੱਛਾ ਅੱਛਾ ਮੈਂ ਤਾਂ ਭਾਈ ਸੰਦੀਪ ਦਾ ਪਾਪਾ ਬੋਲਦਾ ਗਾ ਅਤੇ ਮੈਂ ਗਲਤ ਲੱਗ ਗਿਆ ਨੰਬਰ ਕੁੜੇ ਹਾਂ ਚਲੋ ਠੀਕ ਹੈ ਲੈ ਭਾਈ ਤਾਂ ਹੋਰ ਹੀ ਲੱਗ ਗਿਆ ਕੋਈ ਕੀ ਗੱਲ ਬਾਪੂ ਤੈਨੂੰ ਮੇਰੇ 'ਤੇ ਭਰੋਸਾ ਨਹੀਂ ਹੈਗਾ ਗਾ ਨਹੀਂ ਪੁੱਤ ਇਹੋ ਜਿਹੀ ਤਾਂ ਕੋਈ ਗੱਲ ਹੀ ਨਹੀਂ ਬਾਪੂ ਮੈਨੂੰ ਨਾ ਸਾਰਾ ਪਤਾ ਗਾ ਤੂੰ ਭਾਬੀ ਮਗਰ ਲੱਗ ਕੇ ਮੇਰਾ ਫੋਨ ਫੜਿਆ ਤਾਂ ਹੀ ਮੇਰੇ ਫੋਨ ਤੋਂ ਫੋਨ ਲਾ ਕੇ ਦੇਖਿਆ ਗਾ ਤੁਸੀਂ ਮੇਰੇ 'ਤੇ ਸ਼ੱਕ ਕਰਦੇ ਰਹਿੰਦੇ ਹੋ 24 ਘੰਟੇ ਉਹ ਨਹੀਂ ਪੁੱਤ ਤੇਰੇ ਕੋਲੇ ਫੋਨ ਸੀ ਮੈਂ ਮਾੜੀ ਜੀ ਗੱਲ ਕਰਨੀ ਸੀ ਇੰਨੇ ਕੁ ਨਾਲ ਕੀ ਫਰਕ ਪੈ ਗਿਆ ਫੋਨ ਤਾਂ ਬਾਪੂ ਤੇਰੇ ਕੋਲੇ ਵੀ ਹੈਗਾ ਤੂੰ ਆਪਦੇ ਫੋਨ ਵੀ ਤੋਂ ਲਾ ਹੀ ਸਕਦਾ ਸੀਗਾ ਤੂੰ ਮੇਰਾ ਫੋਨ ਜਾਣ ਕੇ ਫੜਿਆ ਮੈਨੂੰ ਸਭ ਪਤਾ ਤੂੰ ਭਾਬੀ ਦੀਆਂ ਉਂਗਲਾਂ 'ਤੇ ਚੜ ਰਿਹਾ ਗਾ ਉਹ ਸਾਰਾ ਦਿਨ ਤੈਨੂੰ ਭੜਕਾਉਂਦੀ ਰਹਿੰਦੀ ਹੈ ਮੇਰੇ ਖਿਲਾਫ ਨਹੀਂ ਪੁੱਤ ਮੇਰਾ ਫੋਨ ਅੰਦਰ ਪਿਆ ਸੀ ਮੈਂ ਚੱਲ ਤੂੰ ਲੈ ਕੇ ਆਈਏ ਮੈਂ ਗੱਲ ਕਰ ਲੈ ਬਾਪੂ ਮੈਨੂੰ ਨਾ ਸਭ ਪਤਾ ਹੈਗਾ ਉਹਨੂੰ ਮੈਨੂੰ ਘਰੋਂ ਕੱਢਣ ਨੂੰ ਫਿਰਦੀ ਹੈਗੀ ਉਹ ਤੋਂ ਮੈਂ ਜਰੀ ਨਹੀਂ ਆਉਂਦੀ ਇੱਥੇ ਰਹਿੰਦੀ ਸਾਰਾ ਦਿਨ ਮੇਰੇ ਨਾਲ ਮੂੰਹ ਮੋਟਾ ਕਰੀ ਰੱਖਦੀ ਹੈਗੀ ਨਹੀਂ ਪੁੱਤ ਤੇਰੀ ਵੱਡੀ ਭਰਜਾਈ ਹੈ ਜੇ ਕੋਈ ਮਾੜੀ ਮੋਟੀ ਗੱਲਬਾਤ ਹੁੰਦੀ ਹੈ ਤੂੰ ਵੀ ਬਰਦਾਸ਼ਤ ਕਰਿਆ ਕਰ ਜੇ ਵੱਡੀ ਹੈ ਫਿਰ ਮੈਂ ਕੀ ਕਰਾਂ ਉਹਨੇ ਤਾਂ ਮੇਰਾ ਜੀਣਾ ਦੁੱਬਣ ਕਰ ਰੱਖਿਆ ਜੇ ਮੇਰੀ ਮਾਂ ਹੁੰਦੀ ਤਾਂ ਮੈਨੂੰ ਆਹ ਗੱਲਾਂ ਉਹਦੇ ਤੋਂ ਕਹਾਇਆ ਕਰਦੀ ਐ ਮੰਦਾ ਚੰਗਾ ਬੁਲਾਇਆ ਕਰਦੀ ਉਹਦੇ ਤੋਂ ਉਹ ਕੀ ਗੱਲ ਹੋ ਗਈ ਆਪ ਕਿਉਂ ਰੌਲਾ ਪਾਇਆ ਦੇਖ ਲੈ ਕਾਲੇ ਭਾਬੀ ਮਗਰ ਲੱਗ ਕੇ ਬਾਪੂ ਮੇਰੇ ਤੇ ਸ਼ੱਕ ਲਾ ਕਾਲੇ ਇਹਨਾਂ ਦੋਨਾਂ ਨੇ ਨਾ ਮੇਰਾ ਜੀਣਾ ਹਰਾਮ ਕਰ ਰੱਖਿਆ ਹੈਗਾ ਉਹ ਚੱਲ ਕੋਈ ਗੱਲ ਨਹੀਂ ਭੈਣੇ ਇਹਦਾ ਵੀ ਘਰ ਆ ਇਹਦਾ ਵੀ ਹੱਕ ਬਣਦਾ ਖਿਆਲ ਰੱਖਣ ਦਾ ਤੈਨੂੰ ਸਮਝਾਉਂਦੀ ਐ ਲੈ ਫਿਰ ਜੇ ਘਰ ਆ ਤਾਂ ਇਹਦਾ ਮਤਲਬ ਇਹ ਮੇਰੇ ਸਿਰ ਤੇ ਚੜ ਕੇ ਰਹੂਗੀ ਮੇਰਾ ਵੀ ਤਾਂ ਹੱਕ ਹੈਗਾ ਹੀ ਆ ਘਰ 'ਚ ਜੇ ਮੇਰੀ ਮਾਂ ਹੁੰਦੀ ਤਾਂ ਮੈਨੂੰ ਤੁਹਾਡੇ ਤੋਂ ਆਹ ਗੱਲਾਂ ਕਹਾਇਆ ਕਰਦੀ ਹੋ ਚੱਲ ਕੋਈ ਗੱਲ ਨਹੀਂ ਕਹੇ ਤਾਂ ਇਹਨਾਂ ਨੇ ਕੋਈ ਨਹੀਂ ਅੱਗੇ ਤੋਂ ਨਾ ਕਹਿਣਗੇ ਫਿਰ ਤੁਸੀਂ ਵੀ ਮੈਨੂੰ ਲੱਗਦਾ ਭਾਬੀ ਨਾਲ ਮਿਲ ਗਏ ਤਾਂ ਹੀ ਤੁਸੀਂ ਮੇਰੇ ਨਾਲ ਲੜਦੇ ਰਹਿੰਦੇ ਹੋਗੇ ਤੁਸੀਂ ਨੇ ਮੇਰੇ ਜੀਣਾ ਹਰਾਮ ਕਰ ਰੱਖਿਆ ਗਾ ਕਿਉਂ ਤੁਸੀਂ ਮੇਰੇ ਤੇ ਇੰਨਾ ਸ਼ੱਕ ਕਰਦੇ ਰਹਿੰਦੇ ਤੁਸੀਂ ਚਾਹੁੰਦੇ ਕੀ ਹੋ ਜੇ ਮੈਂ ਅੱਕ ਕੇ ਕਦੇ ਕੋਈ ਗਲਤ ਕਦਮ ਚੱਕ ਲਿਆ ਫਿਰ ਸੁਣੋ ਮੈਂ ਕਿੰਨੇ ਵਾਰੀ ਕਿਹਾ ਵੀ ਨਾ ਕੁਛ ਕਿਹਾ ਕਰੋ ਕੁੜੀ ਨੂੰ ਤੁਸੀਂ ਹੜਦੇ ਨਹੀਂ ਇਹਨੂੰ ਸਮਝਾਉਣ ਤੁਸੀਂ ਜ਼ਿਆਦਾ ਸ਼ੱਕ ਕਰਦੇ ਹੋ ਆ ਮੋਬਾਈਲ ਚੈੱਕ ਕਰਨ ਦੀ ਕੀ ਲੋੜ ਸੀ ਉਹ ਨਹੀਂ ਪੁੱਤ ਮੈਂ ਤਾਂ ਕਿਸੇ ਨੂੰ ਮਾੜਾ ਜਿਹਾ ਫੋਨ ਲਾਇਆ ਸੀ ਮੈਂ ਕਾਹਨੂੰ ਕੁਛ ਕਿਹਾ ਇਹਨੂੰ ਫੋਨ ਮੈਨੂੰ ਪਤਾ ਹੀ ਆ ਤੁਹਾਡੀ ਵੀ ਨਾ ਹੜਦੇ ਨਹੀਂ ਤੁਸੀਂ ਨਹੀਂ ਕੁੜੀ ਨੇ ਕੁਛ ਗਲਤ ਕਰ ਲਿਆ ਫਿਰ ਤੁਹਾਡੀ ਬੜੀ ਇੱਜ਼ਤ ਰਹਿ ਜੂਗੀ ਕੋਈ ਨਾ ਕੋਈ ਗੱਲ ਫਿਰ ਹੋਊਗੀ ਜੇ ਉਹਨੂੰ ਇੰਨਾ ਸ਼ੱਕ ਪੈ ਗਿਆ ਨਾਲ ਦੀ ਨਾਲ ਹੀ ਮਾੜਾ ਜਿਹਾ ਫੋਨ ਲਾਇਆ ਤੂੰ ਮੇਰੇ ਤੁਸੀਂ ਨਾ ਹਟਿਓ ਦੋਨੇ ਇਦੋਂ ਬਾਅਦ ਨਾ ਕੁੜੀ ਨੂੰ ਕੁਛ ਆਖਿਓ ਜੇ ਉਹਨੇ ਗਲਤ ਕੁਛ ਕਰ ਲਿਆ ਨਾ ਫਿਰ ਝਾਕੋਗੇ ਬਾਹਰ ਨਿਕਲਣ ਜੋਗੇ ਹੀ ਰਹਿਣੇ ਠੀਕ ਹੈ ਫਿਰ ਤੂੰ ਜਿਵੇਂ ਕਹਿੰਦਾ ਫਿਰ ਮੈਂ ਨਹੀਂ ਹੁਣ ਕਹਿੰਦਾ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਹਾਂ ਚੱਲ ਠੀਕ ਆ ਜਾ ਕਰਦਾ ਕੰਮ ਹੁਣ ਜਾਓ ਕਰ ਲਓ ਕੰਮ ਆਪ ਸ਼ੁਕਰ ਹੈ ਪੰਜਰਾ ਅੱਜ ਤਾਂ ਜਮੀ ਮਰਵਾਤਾ ਸੀਗਾ ਅੱਜ ਬਾਪੂ ਨੇ ਮੇਰਾ ਫੋਨ ਫੜ ਕੇ ਦੇਖ ਲਿਆ ਉਹ ਤਾਂ ਸ਼ੁਕਰ ਆ ਰੱਬ ਦਾ ਮੈਂ ਪਹਿਲਾਂ ਆਪਦੀ ਸਹੇਲੀ ਦਾ ਨੰਬਰ ਡਾਇਲ ਕਰ ਰੱਖਿਆ ਸੀਗਾ ਬਾਪੂ ਤੋਂ ਕੁਦਰਤੀ ਉਹੀ ਨੰਬਰ ਲੱਗ ਗਿਆ ਚੱਲ ਠੀਕ ਆ ਅਸੀਂ ਖੇਤ ਆਵਾਂਗੇ ਉਹ ਵੀ ਆਊਗੀ ਮੇਰੇ ਨਾਲ ਚੰਡੇਲ ਜੀ ਹੋਰ ਉਹ ਤਾਂ ਮੇਰਾ ਖੈੜਾ ਨਹੀਂ ਛੱਡਦੀ 24 ਘੰਟੇ ਮੇਰੇ ਨਾਲ ਨਾਲ ਹੀ ਰਹਿੰਦੀ ਹੈ ਚੱਲ ਠੀਕ ਆ ਭਾਬੀ ਹਾਂ ਮੇਰੇ ਨਾ ਫਰੈਂਡ ਦਾ ਫੋਨ ਆ ਗਿਆ ਮੈਂ ਗੱਲ ਕਰਿਆ ਉਹਦੇ ਨਾਲ ਤੂੰ ਸਬਜ਼ੀ ਤੋੜ ਲੈ ਖੇਤੋਂ ਨੇ ਚੱਲ ਠੀਕ ਆ ਛੇਤੀ ਆ ਜੀ ਠੀਕ ਹੈ ਆ ਯਾਰ ਛੇਤੀ ਮੈਂ ਕੋਠੇ ਕੋਲੇ ਖੜਾ ਕੀ ਗੱਲ ਬੜਾ ਟਾਈਮ ਲਾਤਾ ਆਉਣ ਤੇ ਟਾਈਮ ਤਾਂ ਯਾਰ ਲਾਉਣਾ ਹੀ ਸੀਗਾ ਕੀ ਕਰਾਂ ਮੈਂ ਉਹ ਪਰਛਾਵੇਂ ਆਉਂਗੀ 24 ਘੰਟੇ ਮੇਰੇ ਮਗਰ ਰਹਿੰਦੀ ਹੈਗੀ ਘਰੇ ਜਾ ਕੇ ਬਾਪੂ ਨੂੰ ਤੇ ਕਾਲੇ ਨੂੰ ਸਾਰੀਆਂ ਗੱਲਾਂ ਦੱਸ ਦਿੰਦੀ ਹੈ ਮੇਰੀ ਇੱਕ ਇੱਕ ਗੱਲ ਦੱਸਦੀ ਹੈਗੀ ਇਹਦਾ ਹੱਲ ਤਾਂ ਮੈਨੂੰ ਕੋਈ ਕਰਨਾ ਹੀ ਪਊਗਾ ਕੋਈ ਨਾ ਕਰ ਦਿੰਦੇ ਹੱਲ ਫਿਰ ਨਹੀਂ ਫਿਰ ਮੇਰੇ ਨੂੰ ਆਪਦਾ ਹੱਲ ਕਰਨਾ ਪਊਗਾ ਇਹਨੇ ਮੇਰੀ ਜਾਨ ਲੈਣੀ ਕਰ ਰੱਖੀ ਹੈਗੀ ਉਹ ਮੁੰਡਾ ਕੌਣ ਸੰਦੀਪ ਵੀ ਕੋਲੇ ਖੜੀ ਆ ਤੇਰੀ ਭਾਬੀ ਆਉਂਦੀ ਆ ਹਾਏ ਮੈਂ ਮਰ ਤੂੰ ਜਾਣਾ ਨਹੀਂ ਹੈਗਾ ਇੱਥੇ ਹੀ ਖੜਾ ਰਹੀਂ ਇਹਦਾ ਹੱਲ ਅੱਜ ਮੈਂ ਕਰਦੀ ਆ ਸੰਦੀਪ ਕੌਣ ਹੈ ਇਹ ਮੁੰਡਾ ਮੈਨੂੰ ਕੀ ਪਤਾ ਤੇਰੇ ਕੋਲ ਖੜਾ ਹੈ ਆਪ ਹੀ ਪੁੱਛ ਲਓ ਉਹਨੂੰ ਕੌਣ ਆ ਸ਼ੱਕ ਤਾਂ ਮੈਨੂੰ ਪਹਿਲੇ ਦਿਨੋਂ ਹੀ ਸੀ ਹੈਗਾ ਨਾ ਤੂੰ ਹੀ ਆ ਕੋਈ ਗੱਲ ਨਹੀਂ ਸੰਦੀਪ ਘਰੇ ਮੈਂ ਦੱਸਦੀ ਆ ਤੇਰੇ ਵੀਰੇ ਨੂੰ ਜਾ ਕੇ ਜਾ ਜਾ ਦੱਸ ਦੇ ਤੂੰ ਹੁਣੀ ਜਾ ਕੇ ਦੱਸ ਦੇ ਨਾਲੇ ਬਾਪੂ ਨੂੰ ਵੀ ਦੱਸਦੀ ਕੀ ਕਰਤੂਤਾਂ ਕਰਦੀ ਫਿਰਦੀ ਆ ਤੂੰ ਪਤਾ ਹੀ ਆ ਉਹਨਾਂ ਨੂੰ ਤੇਰੀ ਕਰਤੂਤ ਦਾ ਜਾ ਜਾ ਸਬਜ਼ੀ ਨਹੀਂ ਲੱਗੇ ਸਬਜ਼ੀ ਕੀ ਤੈਨੂੰ ਗੱਲ ਦੱਸਣੀ ਆ ਕੀ ਕਰਦੀ ਫਿਰਦੀ ਆ ਇਹ ਬਾਹਰ ਦੱਸ ਦੇ ਝੂਠ ਫਿਰ ਮੈਂ ਦੱਸੂਗੀ ਸੱਚ ਕੀ ਆ ਉਹ ਗੱਲ ਕਿਉਂ ਕਿ ਤੂੰ ਹੀ ਦੱਸ ਦੇ ਫਿਰ ਸੱਚ ਕੀ ਆ ਨਾ ਇਹਨੂੰ ਦੱਸ ਦੇਂਦੇ ਦੱਸ ਦੇ ਹੁਣ ਬਾਹਰ ਕੀ ਕਰਤੂਤਾਂ ਖਣਾਉਂਦੀ ਫਿਰਦੀ ਆ ਉੱਥੇ ਖੜੀ ਸੀ ਮੁੰਡੇ ਨਾਲ ਅੱਛਾ ਕਰਤੂਤਾਂ ਮੈਂ ਕਰਦੀ ਆਪਦੀ ਕਰਤੂਤ ਨਹੀਂ ਦੱਸਦੀ ਹੈਗੀ ਦੱਸਾਂ ਮੈਂ ਦਿਖਾਉਣੀ ਆ ਖੜ ਜੇ ਮੈਂ ਤੈਨੂੰ ਆਏ ਨਹੀਂ ਪਤਾ ਲੱਗਣਾ ਤੈਨੂੰ ਆਏ ਤਾਂ ਯਕੀਨ ਨਹੀਂ ਆਉਣਾ ਮੇਰੇ ਤੇ ਕੀ ਗੱਲਾਂ ਕਰੀਆਂ ਤੁਸੀਂ ਕੀ ਦਿਖਾਉਣਾ ਹੈ ਦੱਸੋ ਵੀ ਗੱਲ ਕੀ ਹੋਗੀ ਦੱਸਦੀ ਹਾਂ ਮੈਂ ਤੈਨੂੰ ਕੀ ਗੱਲ ਹੋਗੀ ਮੈਂ ਕੁਛ ਨਹੀਂ ਕੀਤਾ ਇਹ ਖੜੀ ਸੀ ਗੱਲਾਂ ਕਰੀ ਜਾਂਦੀ ਸੀ ਮੁੰਡੇ ਨਾਲ ਦਿਖਾ ਕੀ ਦਿਖਾਉਣਾ ਆ ਦੇਖ ਲੈ ਇੱਧਰ ਆ ਫਿਰ ਤੇਰੀ ਫੋਟੋ ਕਿਵੇਂ ਆ ਗਈ ਮੁੰਡੇ ਨਾਲ ਹਜੇ ਮੈਨੂੰ ਲੋਕਾਂ ਕੋਲੇ ਬਦਨਾਮ ਕਰਦੀ ਹੈਗੀ ਹੁਣ ਇਹਦੇ ਉੱਤੇ ਤਾਂ ਕੋਈ ਪ੍ਰੂਫ ਨਹੀਂ
ਨਾ ਮੈਂ ਤਾਂ ਖੇਸ ਸਾਨੂੰ ਪੁੱਛ ਰਹੀ ਸੀ ਵੀ ਤੂੰ ਇੱਥੇ ਕੀ ਕਰਦਾਗਾ ਹਾਂ ਪੁੱਛ ਰਹੀ ਸੀ ਮੈਂ ਤੈਨੂੰ ਅੱਛਾ ਮੈਂ ਤਾਂ ਸਬਜ਼ੀ ਤੋੜੀ ਆਂਦੀ ਸੀ ਤੂੰ ਉਹਨੂੰ ਕੱਲੀ ਪੁੱਛਣ ਵਗਦੀ ਪਤਾ ਹੀ ਹੈ ਮੈਨੂੰ ਤੇਰਾ ਬਸ ਮੈਂ ਹਰ ਰੋਜ਼ ਤੇਰੇ ਨਾਲ ਖੇਤ ਜਾਂਦੀ ਆ ਨਾ ਮੈਨੂੰ ਪਤਾ ਤੂੰ ਕਿਹੜੇ ਜਿਹੜੇ ਰੰਗ ਤੰਗ ਕਰਦੀ ਆ ਤੁਸੀਂ ਮੇਰੇ ਗੱਲਾਂ ਤੇ ਯਕੀਨ ਕਰਨਾ ਹੀ ਨਹੀਂ ਹੈ ਮਾੜੀ ਮੋਟੀ ਨਾ ਸੰਗ ਸ਼ਰਮ ਮੰਨਦੀ ਤੂੰ ਵਿਆਹ ਤੋਂ ਬਾਅਦ ਵੀ ਦੇਖ ਲੈ ਕਿਵੇਂ ਫਿਰਦੀਆਂ ਖੇਤਾਂ 'ਚ ਤੈਨੂੰ ਕੀ ਹੋਊ ਸੀ ਕੀ ਕਰਨ ਗਈ ਸੀ ਉੱਥੇ ਕੌਣ ਹੈ ਮੁੰਡਾ ਦੱਸ ਹੈ ਕੋਈ ਤੇਰੇ ਕੋਲ ਜਵਾਬ ਹਜੇ ਇਹਦੇ ਇਲਜ਼ਾਮ ਲਾਈ ਜਾਂਦੀ ਨੱਕ ਬੜਾ ਤਾ ਤੈਂ ਕੀ ਆਖਣਗੇ ਪਿੰਡ ਦੇ ਲੋਕ ਮਾਰਾ ਮੂੰਹ ਦੇ ਤੇਰੇ ਮੁੰਡਾ ਬਹੂ ਦੇ ਨਾ ਮਾਰੀ ਕਿਉਂ ਕੀ ਗੱਲ ਕੀ ਗੱਲ ਕੀ ਤੈਨੂੰ ਪਤਾ ਨਹੀਂ ਨਾ ਕੀ ਕੀਤਾ ਆ ਫੋਟੋ ਦੇਖ ਇਹਦੇ ਫੋਨ 'ਚ ਫੋਟਾ ਨਹੀਂ ਕਸੂਰ ਤੇ ਕੁੜੀ ਦਾ ਸਾਰਾ ਨਾ ਤੂੰ ਬਾਪੂ ਮੈਨੂੰ ਕਦੋਂ ਦੇਖ ਲਿਆ ਮੈਂ ਤੈਨੂੰ ਕੀ ਲਾਂਬਾ ਦਵਾਤਾ ਜੇ ਤੈਨੂੰ ਪਤਾ ਨਹੀਂ ਮੈਂ ਉੱਥੇ ਤੂੰ ਫੋਨ ਤੇ ਗੱਲਾਂ ਕਰੀਆਂ ਤੂੰ ਆਇਆ ਕਰਦੀਆਂ ਹਲੇ ਹੈ ਫੋਨ ਤੇ ਗੱਲਾਂ ਕਰਦੀ ਤਾਂ ਦੇਖਿਆ ਸੀ ਬਾਪੂ ਹਾਂ ਦੇਖਿਆ ਮੈਂ ਆਪ ਦੇਖਿਆ ਇਹਨੂੰ ਇਹ ਤਾਂ ਇਲਜ਼ਾਮ ਲਾਉਂਦੀ ਹੈ ਤੇ ਵੀ ਆਪਾਂ ਨੂੰ ਦੱਸੀ ਜਾਂਦੀ ਹੈ ਖੇਤ ਆਵਾਂਗੇ ਹਾਂ ਚੰਡੇਲ ਜੀ ਵੀ ਮੇਰੇ ਨਾਲ ਹੀ ਆਉਂਗੇ ਠੀਕ ਆ ਹੁਣ ਮੈਂ ਕੱਢਦੀ ਹਾਂ ਮੈਂ ਤੇਰੇ 'ਤੇ ਇੰਨਾ ਵਿਸ਼ਵਾਸ ਕਰਦਾ ਸੀ ਤੇਰੇ ਕਰਕੇ ਨਾ ਮੈਂ ਇੱਥੇ ਹੱਥ ਚੱਕਿਆ ਤੇਰੀ ਮਾਵਾਂ ਵਰਗੀ ਭਾਬੀ ਸੀ ਇਹ ਅਤੇ ਤੂੰ ਕੀ ਸੋਚਿਆ ਤੂੰ ਇਹ 'ਤੇ ਇਲਜ਼ਾਮ ਲਾਉਣ ਲੱਗੀ ਤੂੰ ਤੇਰੇ ਵਰਗੀ ਕੁੜੀ ਕੋਈ ਇਹੋ ਜਿਹਾ ਸਟੈਪ ਚੱਕਦੀ ਨਾ ਤਾਂ ਪਿੰਡ 'ਚ ਮੁੰਡੇ ਦਾ ਬਾਹਰ ਨਿਕਲਣਾ ਔਖਾ ਹੋ ਜਾਂਦਾ ਤੂੰ ਮਾੜਾ ਮੋਟਾ ਤਾਂ ਸੋਚਦੀ ਸੀ ਤੇਰਾ ਕਿੰਨਾ ਕਰਦੇ ਸੀ ਮੈਨੂੰ ਐਸੀ ਵੀ ਤੂੰ ਬਗਾਨੇ ਘਰੇ ਜਾਏਂਗੀ ਚੱਲ ਜਿੰਨਾ ਟਾਈਮ ਆ ਇੱਥੇ ਤੈਨੂੰ ਕਦੇ ਕਿਸੇ ਪੜ੍ਹਾਈ ਤੋਂ ਨਹੀਂ ਰੋਕਿਆ ਕਿਸੇ ਚੀਜ਼ ਤੋਂ ਹੋਰ ਨਹੀਂ ਰੋਕਿਆ ਪਰ ਤੂੰ ਸਾਡੀ ਕੀ ਇੱਜ਼ਤ ਰੱਖੀ ਕੀ ਸੋਚਿਆ ਤੂੰ ਸਾਡੇ ਬਾਰੇ ਮਾੜਾ ਮੋਟਾ ਸੋਚਦੀ ਸੰਗ ਸ਼ਰਮ ਮੰਨਦੀ ਹੁਣ ਵੀ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਨਾ ਮੈਂ ਤੈਨੂੰ ਕੁੱਟਣਾ ਨਾ ਕੁਛ ਡਰਾਉਣਾ ਜੇ ਤੈਨੂੰ ਸਾਡੇ ਤੋਂ ਵੱਧ ਗਿਆ ਨਾ ਉਹ ਮੁੰਡਾ ਤਾਂ ਤੂੰ ਜਾ ਸਕਦੀ ਹੈ ਬਸ ਸਾਡੇ ਘਰੇ ਨਾ ਹੀ ਜੇ ਤੈਨੂੰ ਉਹ ਆਪਦੀ ਫੈਮਿਲੀ ਤੋਂ ਵੱਧ ਗਿਆ ਤਦ ਕੋਈ ਨਾ ਵਗ ਜਾ ਅਸੀਂ ਤੈਨੂੰ ਰੋਕਦੇ ਨਹੀਂ ਹੈਗੇ ਨਾ ਤੈਨੂੰ ਬਾਪੂ ਰੋਕੇ ਨਾ ਮੈਂ ਰੋਕਾਂ ਬਸ ਕਰ ਕਾਲੇ ਮੈਨੂੰ ਆਪਦੀ ਫੈਮਿਲੀ ਤੋਂ ਵੱਧ ਕੇ ਕੁਛ ਨਹੀਂ ਹੈਗਾ ਮੈਂ ਤਾਂ ਉਹਦੇ ਪਿਆਰ 'ਚ ਪਾਗਲ ਹੋ ਗਈ ਸੀ ਇੰਨੀ ਹੋ ਗਈ ਸੀ ਮੈਨੂੰ ਪਤਾ ਨਹੀਂ ਲੱਗਦਾ ਸੀ ਵੀ ਸਾਰਾ ਕੁਛ ਕਰਦੇ ਹੁੰਦੇ ਹੈ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦੇ ਮੈਂ ਤਾਂ ਕੌਣ ਆ ਮਾਫ਼ ਕਰਨ ਵਾਲਾ ਮਾਫ਼ੀ ਜਦ ਤੂੰ ਇਹ ਤੋਂ ਮੰਗ ਅਤੇ ਇਹਦੇ ਹੱਥ ਚੱਕਿਆ ਮੈਂ ਇੱਕ ਤੇਰਾ ਕਰ ਭਾਬੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦੇ ਮੈਂ ਉਹਦੇ ਮਗਰ ਲੱਗ ਕੇ ਤੁਹਾਡੇ ਨਾਲ ਇੰਨਾ ਕਲੇਸ਼ ਕਰਦੀ ਰਹੀ ਮੈਨੂੰ ਪਤਾ ਨਹੀਂ ਸੀ ਵੀ ਫੈਮਿਲੀ ਤੋਂ ਵੱਧ ਕੇ ਕੁਝ ਵੀ ਨਹੀਂ ਆ ਕੋਈ ਨਾ ਸੰਦੀਪ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਭਾਬੀ ਮੇਰੀ ਪਹਿਲੀ ਅਤੇ ਆਖਰੀ ਗਲਤੀ ਆ ਚੱਲ ਕੋਈ ਨਾ ਮੈਂ ਤੈਨੂੰ ਆਪਣੇ ਪੁੱਤਾਂ ਵਾਂਗੂ ਸਮਝਦੀ ਹਾਂ ਚਲੋ ਜਾਓ ਕੋਈ ਨਾ ਅੰਦਰ ਜਾ ਕੇ ਕੰਮ ਕਰ